ਅੱਜ ਦਾ ਡਾਕਟਰ ਕੰਗ ਸ਼ੋਅ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਪਿਆਰੇ ਸਰੋਤਿਓ, ਅੱਜ ਅਸੀਂ ਇਹ ਸ਼ੋਅ ਤੁਹਾਨੂੰ ਲਾਈਵ ਲੈ ਕੇ ਆ ਰਹੇ ਹਾਂ। ਅਸੀਂ ਅੱਜ ਗੁਰਦੁਆਰਾ ਸਾਹਿਬ ਟਿਆਰਾ ਬਿਆਨਾ ਯੂਨੀਵਰਸਿਟੀ, ਜਿੱਥੇ ਕਿ 37ਵਾਂ ਜੋ ਨਗਰ ਕੀਰਤਨ ਦਾ ਆਯੋਜਨ ਹੋ ਰਿਹਾ, ਉੱਥੇ ਅਸੀਂ ਅੱਜ ਆਪਣੀ ਟੀਮ ਨਾਲ, ਗਲੋਬਲ ਪੰਜਾਬ ਦੀ ਟੀਮ ਨਾਲ ਇੱਥੇ ਆਏ ਹੋਏ ਹਾਂ। ਸਾਡੇ ਨਾਲ ਇੱਕ ਅੱਜ ਬਹੁਤ ਹੀ, ਮੈਂ ਕਹਾਂਗਾ ਕਿ ਇੱਕ ਮਹਿਮਾਨ, ਜਿਹੜੇ ਕਿ ਮਹਿਮਾਨ ਖਸੂਸੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹ ਪਾਕਿਸਤਾਨ ਤੋਂ ਆਏ ਹੋਏ ਨੇ। ਸੋ ਇਹਨਾਂ ਮੇਰੀ ਮੁਰਾਦ ਹੈਗੀ ਆ ਸ਼ਾਹਿਦ ਸ਼ਬੀਰ ਸਾਹਿਬ ਤੋਂ। ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ। ਜੀ ਆਇਆਂ ਨੂੰ ਮੈਂ ਤਮਾਮ ਸੰਗਤ ਦਾ ਸ਼ੁਕਰਗੁਜ਼ਾਰ ਹਾਂ ਜਨਾਬ, ਕਿ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਇੱਥੇ ਮੈਨੂੰ ਬੁਲਾਇਆ ਗਿਆ ਇਸ ਨਗਰ ਕੀਰਤਨ 'ਤੇ। ਮੈਂ ਕਹਿੰਦਾ ਕਮਾਲੀ ਜਗ੍ਹਾ ਜੀ, ਔਰ ਕਮਾਲ ਲੋਕ ਇਕੱਠੇ ਹੋਏ ਨੇ, ਇੱਦਾਂ ਲੱਗਦਾ ਕਿ ਪੂਰਾ ਪੰਜਾਬ ਹੀ ਢੁੱਕ ਕੇ ਇੱਥੇ ਆ ਗਿਆ। ਸੋ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਸ਼ਾਹਿਦ ਸਾਹਿਬ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਸ਼ਾਹਿਦ ਸਾਹਿਬ ਪਾਕਿਸਤਾਨ ਨਾਲ, ਪਾਕਿਸਤਾਨ ਦੇ ਪੰਜਾਬ ਨਾਲ ਸੰਬੰਧ ਰੱਖਦੇ ਨੇ, ਅਤੇ ਇਹਨਾਂ ਨੇ ਜ਼ਿੰਦਗੀ ਜੀ ਕੇ ਮਿਸ਼ਨ ਬਣਾਇਆ, ਉਹ ਇਹ ਬਣਾਇਆ ਕਿ ਇਹਨਾਂ ਨੇ ਦੋਨਾਂ ਪੰਜਾਬਾਂ ਦਾ ਜੋ ਸਾਂਝੀ ਬਾਲਤਾ ਦਾ ਜੋ ਸਾਡਾ ਉੱਥੇ ਹੈਰੀਟੇਜ ਆ ਪਾਕਿਸਤਾਨ ਦੇ ਵਿੱਚ ਹੈਗਾ, ਉਹ ਸਾਡੇ ਨਾਲ ਸ਼ੇਅਰ ਕਰਨ ਲਈ ਆਏ ਨੇ। ਅੱਜ ਇਹਨਾਂ ਨੇ ਕੁਝ ਸਮਾਂ ਪਹਿਲਾਂ ਇੱਥੇ ਇੱਕ ਸੈਮੀਨਾਰ ਦੇ ਵਿੱਚ ਦੱਸਿਆ, ਜਿੱਥੇ ਕਿ ਉਹਨਾਂ ਨੇ ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਕਮਿਊਨਿਟੀ ਨਾਲ ਸੰਬੰਧਿਤ ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਬਾਰੇ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ। ਉਹ ਬੜੀ ਹੀ ਪ੍ਰਭਾਵਸ਼ਾਲੀ ਸੀ। ਆਡੀਅੰਸ ਦੇ ਵਿੱਚ ਕਈ ਇੱਦਾਂ ਦੇ ਭੈਣ ਭਰਾ ਬੈਠੇ ਸੀ ਕਿ ਜਿਹਨਾਂ ਦੇ ਕਿ ਅੱਖਾਂ ਦੇ ਵਿੱਚ ਅੱਥਰੂ ਸਨ, ਕਿ ਸਾਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਵੀ ਸਾਡਾ ਵਿਰਸਾ ਕਿੰਨਾ ਸਾਂਝਾ ਅਤੇ ਕਿੰਨਾ ਅਸੀਂ ਇੱਕ ਦੂਜੇ, ਕੀ ਕਹਿੰਦੇ ਹਾਂ ਵੀ, ਉੱਥੇ ਕਿਸੇ ਨੇ ਮਿਸਾਲ ਦਿੱਤੀ ਸੀ ਵੀ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਸਾਡਾ ਭੈਣ ਲੱਗਦਾ ਜਾਂ ਭਰਾ ਲੱਗਦਾ, ਵੀ ਇਹ ਤਾਂ ਸਾਡੇ ਸਕੇ ਭਰਾ ਨੇ, ਵੀ ਅਸੀਂ ਇਹਨਾਂ ਤੋਂ ਕਿੱਦਾਂ ਅੱਡ ਹੋ ਸਕਦੇ ਹਾਂ। ਸੋ ਸ਼ਾਹਿਦ ਸਾਹਿਬ, ਤੁਹਾਨੂੰ ਅੱਜ ਉਹ ਸੈਮੀਨਾਰ 'ਚ ਕਿੱਦਾਂ ਦੀ ਭਾਵਨਾ ਲੱਗੀ ਲੋਕਾਂ ਦੀ? ਮੈਂ ਕਹਾਂਗਾ ਕਿ ਹਮੇਸ਼ਾ ਹੀ ਜਦੋਂ ਦਾ ਮੈਂ USA ਆਇਆ ਵਾਂ, ਤਕਰੀਬਨ ਇੱਕ ਮਹੀਨਾ ਮੈਨੂੰ ਹੋਣ ਵਾਲਾ, ਔਰ ਮੈਂ ਜਿੱਥੇ ਜਿੱਥੇ ਗਿਆ, ਜਿਹੜੇ ਜਿਹੜੇ ਗੁਰੂ ਘਰ 'ਚ ਗਿਆ, ਜਿੱਥੇ ਜਿੱਥੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਹੈ, ਮੇਰੀ ਪ੍ਰੈਜੈਂਟੇਸ਼ਨ ਐਸੀ ਰਹੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਅਗੜੇ ਆਪਣੇ ਮੂੰਹ ਕਹਾਂਗਾ ਤਾਂ ਸ਼ਾਇਦ ਮੇਰੀ ਆਪਣਾ ਮੂੰਹ ਮੀਆਂ ਮਿੱਠੂ ਹੋ ਜਾਵਾਂਗਾ ਮੈਂ, ਲੇਕਿਨ ਇਹ ਕਹਾਂਗਾ ਕਿ ਆਈ ਓਪਨਿੰਗ ਸੀਗੀ ਕਿ ਕਿਸੇ ਬੰਦੇ ਨੇ ਅੱਜ ਤੱਕ ਮੇਰੀ ਇੱਕ ਇੱਕ ਸਲਾਈਡ ਤੋਂ ਨਜ਼ਰ ਨਹੀਂ ਹਟਾਈ। ਸਪੈਸ਼ਲੀ ਮੈਂ ਕਹਾਂਗਾ ਕਿ ਮੇਰੀਆਂ ਭੈਣਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਮੇਰੇ ਪ੍ਰੋਗਰਾਮ ਨੂੰ, ਹੁਣ ਮੈਨੂੰ ਇੱਥੇ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਸਾਰੀ ਫੈਮਿਲੀਜ਼ ਮੈਨੂੰ ਰਾਹ ਆਉਂਦੀਆਂ ਜਾਂਦੀਆਂ ਮਿਲੀਆਂ ਔਰਤਾਂ, ਤੁਸੀਂ ਉਹੀ ਹੋ ਬਾਬਾ ਜੀ, ਹੋ ਤੁਸੀਂ ਉਹੀ ਹੋ ਨਾ ਜਿਹੜੇ ਪਾਕਿਸਤਾਨ ਤੋਂ ਗੁਰਦੁਆਰੇ ਦਿਖਾਉਂਦੇ ਹੋ, ਤੁਸੀਂ ਸਾਡੇ ਇਤਿਹਾਸਿਕ ਸਥਾਨ ਦਿਖਾਉਂਦੇ ਹੋ। ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਉਹ ਮੇਰਾ ਵਿਰਸਾ ਹੈ, ਮੈਂ ਇੱਕ ਪੰਜਾਬੀ ਹਾਂ, ਪੰਜਾਬ ਨਾਲ ਪਾਕਿਸਤਾਨ ਦੀ ਧਰਤੀ ਦੇ ਉੱਤੇ, ਪਾਕਿਸਤਾਨੀ ਪੰਜਾਬ ਦੇ ਉੱਤੇ ਜਿਹੜੀ ਚੀਜ਼ ਵੀ ਹੈ, ਰਿਮੈਂਸ ਨੇ ਚਾਹੇ ਮੁਗਲਸ ਤੋਂ ਬਾਅਦ ਜਾਂ ਪਹਿਲੇ ਦੇ ਜਾਂ ਸਿੱਖ ਦੌਰ ਦੇ ਜਾਂ ਉਸ ਤੋਂ ਬਾਅਦ ਦੇ, ਜੋ ਵੀ ਹੈ ਉਹ ਸਾਰਾ ਕੁਛ ਮੇਰਾ, ਸਾਰਾ ਪੰਜਾਬ ਮੇਰਾ ਪੰਜਾਬ ਹੈ। ਮੈਂ ਆਪਣੇ ਪੰਜਾਬ ਦੀ ਜਿਹੜੀ ਇਹ ਮਾਂ ਬੋਲੀ ਹੈ, ਮੈਂ ਉਹਦੀ ਚਰਚਾ ਕਰਨਾ ਵਾਂ ਕਿ ਮੇਰੀ ਮਾਂ ਬੋਲੀ ਦੇ ਜਿੱਥੇ ਜਿੰਨੇ ਕੰਨਾਂ 'ਚ ਪੈਂਦੀ ਹੈ ਜਾਂ ਮੂੰਹ 'ਚੋਂ ਜਿਹੜੇ ਲੋਕ ਬੋਲਦੇ ਨੇ, ਉਹਨਾਂ ਤੱਕ ਮੇਰੀ ਆਵਾਜ਼ ਜਾਵੇ ਕਿ ਮੇਰਾ ਇਹ ਪੰਜਾਬੀ ਵਿਰਸਾ ਜਿਹੜਾ, ਇਹਨੂੰ ਇਹਦੀ ਦੇਖ ਰੇਖ ਕਰਨ ਦੀ ਜ਼ਰੂਰਤ ਹੈ, ਇਹਨੂੰ ਸੰਭਾਲਣ ਦੀ ਲੋੜ ਹੈ। ਉਹਦੇ 'ਚ ਗੌਰਮੈਂਟ ਆਫ ਪੰਜਾਬ ਵੀ ਹੱਥ ਵਧਾ ਰਹੀ ਹੈ, ਗੌਰਮੈਂਟ ਆਫ ਪਾਕਿਸਤਾਨ ਵੀ ਵਧਾਉਂਦੀ ਹੈ, ਸਿੱਖ ਸੰਗਤ ਵੀ ਅੱਗੇ ਆਉਂਦੀ ਹੈ, ਲੇਕਿਨ ਸਾਰਿਆਂ ਦੀ ਇੱਕ ਆਪਣੀ ਆਪਣੀ ਲਿਮਿਟਸ ਨੇ, ਉਹਦੇ 'ਚ ਰਹਿ ਕੇ ਸਾਰੇ ਮਦਦ ਕਰਦੇ ਨੇ, ਅੱਗੇ ਵੀ ਆਉਂਦੇ ਨੇ। ਮੈਂ ਕਹਾਂਗਾ ਕਿ ਇਹ ਸਾਰਾ ਕੁਝ ਜਿਹੜਾ ਵਿਰਸਾ ਸਾਡਾ ਸਾਂਝਾ ਵਿਰਸਾ ਹੈ, ਇਹਨੂੰ ਅਗਰ ਕਹਿ ਦੇਣਾ ਕਿ ਫਲਾਣੇ ਰਾਜ ਨਾਲ ਹੈ ਔਰ ਫਲਾਣੀ ਚੀਜ਼ ਦੇ ਨਾਲ ਹੈ, ਤਾਂ ਇਹ ਬੜੀ ਵੱਡੀ ਜ਼ਿਆਦਤੀ ਹੋਏਗੀ। ਇਸ ਵਾਸਤੇ ਕਿ ਸਾਰਾ ਕੁਝ ਜਿਹੜਾ ਹੈਗਾ ਸਾਡਾ ਸਾਂਝਾ ਹੈ, ਸਾਂਝਾ ਪੰਜਾਬ ਹੈ, ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ ਹੈ, ਇਹ ਹੈਰੀਟੇਜ ਸਾਡਾ ਸਾਰੇ ਪੰਜਾਬੀਆਂ ਦਾ ਕੰਬਾਈਨ ਹੈਰੀਟੇਜ ਹੈ। ਲਿਹਾਜ਼ਾ ਇਹਨੂੰ ਜਿਹੜਾ ਸੰਭਾਲ ਦੀ ਬਹੁਤ ਜ਼ਿਆਦਾ ਸੇਵਾ ਸੰਭਾਲ ਦੀ ਲੋੜ ਹੈ, ਔਰ ਸੰਭਾਲਣਾ ਪਵੇਗਾ ਸਾਨੂੰ ਇੱਕ ਦਿਨ, ਵਰਨਾ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਸਾਨੂੰ ਕਦੀ ਵੀ ਮਾਫ਼ ਨਹੀਂ ਕਰੇਗੀ ਕਿ ਅਸੀਂ ਆਪਣਾ ਹੈਰੀਟੇਜ ਕਿਸ ਤਰੀਕੇ ਨਾਲ ਗਵਾ ਦਿੱਤਾ ਆਪਣੇ ਹੱਥੋਂ। ਜਿੱਦਾਂ ਕਹਿੰਦੇ ਕਿ ਰੇਤ ਮੁੱਠੀ ਦੇ 'ਚ ਪਾਓ ਅਤੇ ਉਹ ਸਿਰਕਦੀ ਜਾਂਦੀ ਹੈ, ਸਾਡਾ ਹੈਰੀਟੇਜ ਸਾਡੇ ਤੋਂ ਇਸ ਤਰ੍ਹਾਂ ਵਿਸਾਰਿਆ ਜਾ ਰਿਹਾ। ਪੰਜਾਬੀਆਂ ਨੂੰ ਪੰਜਾਬੀਆਂ ਦੇ ਵਿਰਸੇ ਦੇ ਕੋਲ ਕਿਉਂ ਨਹੀਂ ਰਹਿਣ ਦਿੱਤਾ ਜਾ ਰਿਹਾ? ਹਰ ਚੀਜ਼ ਪੰਜਾਬੀਆਂ ਦੀ ਪੰਜਾਬੀਆਂ ਤੋਂ ਕਿਉਂ ਦੂਰ ਕੀਤੀ ਜਾ ਰਹੀ ਹੈ? ਮੇਰੀ ਸਮਝ ਤੋਂ ਬਾਹਰ ਹੈ। ਬਾਕੀ ਦੁਨੀਆ 'ਚ ਜਿਹੜਾ ਵੀ ਜਿੱਥੇ ਬੈਠਾ ਹੋਇਆ ਉਹਦਾ ਕਲਚਰ ਵੀ ਹੈ, ਉਹਦਾ ਹੈਰੀਟੇਜ ਵੀ, ਉਹਦੀ ਸਿਵਿਲਾਈਜੇਸ਼ਨ ਵੀ ਹੈ। ਕੀ ਗੱਲ ਹੈ, ਪੰਜਾਬੀਆਂ ਦਾ ਕੁਛ ਵੀ ਨਹੀਂ ਹੈ? ਪੰਜਾਬੀਆਂ ਦਾ ਸਭ ਕੁਛ ਹੈ, ਸਿਰਫ ਜਸਟ ਇੱਕ ਨਜ਼ਰ ਚੁੱਕ ਕੇ ਦੇਖਣ ਦੀ ਜ਼ਰੂਰਤ ਹੈ ਕਿ ਪੰਜਾਬੀਆਂ ਦਾ ਬਹੁਤ ਕੁਛ, ਇੰਨਾ ਕੁਛ ਪਿਆ ਹੋਇਆ ਜਿਹਦੀ ਤੁਹਾਡੀ ਸੋਚ ਹੈ। ਪਾਕਿਸਤਾਨ ਅੰਦਰ ਪਹਿਲੇ ਮੈਂ ਸਭ ਤੋਂ ਪਹਿਲੇ ਆਵਾਜ਼ ਚੁੱਕੀ ਸੀ ਕਿ 80%, ਮੈਂ ਅੱਜ ਇਸ ਗੁਰੂ ਘਰ ਦੇ ਸਾਹਮਣੇ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ 80% ਨਹੀਂ, ਵੀ ਹੈਵ ਅ ਮੋਰ ਦੈਨ 90% ਪੰਜਾਬੀ ਕਲਚਰ ਐਂਡ ਹੈਰੀਟੇਜ ਮੇਰੇ ਕੋਲ ਸਾਂਭਿਆ ਪਿਆ। ਅਗਰ ਕਿਸੇ ਨੂੰ ਸ਼ੱਕ ਸ਼ੁਬਾ ਹੈ ਤਾਂ ਮੈਂ ਸਭ ਨੂੰ ਦਿਖਾ ਸਕਦਾ, 1.5 TB ਦਾ ਰਿਕਾਰਡ ਸਿਰਫ ਮੇਰੇ ਕੋਲ ਮੌਜੂਦ ਹੈ, ਔਰ ਹਲੇ ਸਿਰਫ 1.5 TB ਜਿਹੜਾ ਮੈਂ ਸਿਰਫ ਸੈਂਟਰਲ ਪੰਜਾਬ ਔਰ ਨੌਰਥ ਵੈਸਟ ਪੰਜਾਬ ਕੀਤਾ। ਜਿਸ ਦਿਨ ਮੈਂ ਈਸਟ ਪੰਜਾਬ ਪੂਰਾ ਕਰ ਲਿੱਤਾ, ਜਿਸ ਦਿਨ ਮੈਂ ਵੈਸਟ ਪੰਜਾਬ ਪੂਰਾ ਕੀਤਾ,
ਔਰ ਸਾਊਥ ਪੰਜਾਬ ਪੂਰਾ ਕੀਤਾ ਤੇ ਮੈਨੂੰ ਉਮੀਦ ਹੈ ਕਿ ਮੇਰੇ ਕੋਲ 5 ਟੈਰਾਬਾਈਟ ਤੋਂ ਥੱਲੇ ਦਾ ਰਿਕਾਰਡ ਨਹੀਂ ਹੋਏਗਾ ਔਰ ਇੰਨੇ ਗੁਰੂ ਘਰ ਇੰਨੀਆਂ ਪੁਰਾਣੇ ਜਿਹੜੇ ਮੈਂਸ਼ਨ ਨੇ ਹਵੇਲੀਆਂ ਨੇ ਸਾਡੀਆਂ ਇੰਨਾ ਸਾਰਾ ਕੁਛ ਮੈਂ ਕਹਿ ਰਿਹਾ ਕਿ ਬਿਲਕੁਲ ਮਿੱਟੀ ਹੋ ਰਿਹਾ ਕਾਸ਼ ਕਿ ਕੋਈ ਕੋਈ ਐਸੀ ਇੱਕ ਸੁਸਾਇਟੀ ਕੋਈ ਇੱਕ ਐਸੀ ਪੰਜਾਬੀਆਂ ਦੇ ਵਿੱਚ ਵੀ ਅੱਗੇ ਆਵੇ ਕਿ ਜਿਹੜੇ ਪੰਜਾਬੀ ਲੋਕ ਆਪਣੇ ਵਿਰਸੇ ਨੂੰ ਸਾਂਭਣ ਵਾਸਤੇ ਗੱਲ ਕਰਦੇ ਨੇ ਬੜਾ ਕੁਝ ਮੈਂ ਦੇਖਣਾ ਵਾਂ ਔਨਲਾਈਨ ਇੰਟਰਨੈਟ ਦੇ ਉੱਤੇ ਟੀਵੀ ਦੇ ਉੱਤੇ ਵੀ ਬੜੀਆਂ ਬੜੀਆਂ ਆਵਾਜ਼ਾਂ ਆਉਂਦੀਆਂ ਨੇ ਪੰਜਾਬੀ ਜਾਗਰੂਕ ਹੈ ਜੀ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਹੈ ਜੀ ਇਹ ਪੰਜਾਬ ਸੇਵਾ ਵਾਲੇ ਨੇ ਜੀ ਇਹ ਫਲਾਣੀ ਸੇਵਾ ਵਾਲੇ ਨੇ ਮੈਨੂੰ ਇਹ ਦੱਸੋ ਕਿ ਖਾਲੀ ਇਸ ਰਿਕਾਰਡ ਨੂੰ ਅਗਰ ਡਿਜੀਟਲ ਹੀ ਕਰਨਾ ਖਾਲੀ ਡਿਜੀਟਲ ਕਰਕੇ ਕੀ ਕੰਮ ਖਤਮ ਹੋ ਗਿਆ ਕਿਆ ਉਸ ਡਿਜੀਟਲ ਦੇ ਉੱਤੇ ਬਾਰਿਸ਼ਾਂ ਉਸ ਰਿਕਾਰਡ ਨੂੰ ਬਚਾ ਲੈਣਗੀਆਂ ਆਉਂਦੇ ਸਾਲ ਨੂੰ ਕਿਆ ਉਹ ਤਸਵੀਰਾਂ ਤੁਸੀਂ ਲੈ ਪਾਓਗੇ ਆਉਣ ਵਾਲੀ ਨਸਲ ਨੂੰ ਕੀ ਤੁਸੀਂ ਦੱਸੋਗੇ ਕੁਛ ਵੀ ਨਹੀਂ ਦੱਸਿਆ ਜਾ ਸਕਦਾ ਮੈਂ ਕਹਾਂਗਾ ਕਿ ਸਭ ਤੋਂ ਪਹਿਲੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੀ ਇਹ ਜਿਹੜੀ ਨਿਊ ਜਨਰੇਸ਼ਨ ਹੈ ਇਹਦਾ ਇੰਟਰਸਟ ਤਾਂ ਪਹਿਲੇ ਵਧਾਓ ਇਹਨੂੰ ਦੱਸੋ ਤਾਂ ਸਹੀ ਪੰਜਾਬੀ ਕਲਚਰ ਐਂਡ ਹੈਰੀਟੇਜ ਹੈ ਕੀ ਹੈ ਔਰ ਕਿੱਥੇ ਕਿੱਥੇ ਪਿਆ ਹੋਇਆ ਦੱਸਿਆ ਤਾਂ ਸਿਰਫ ਇਹੀ ਜਾਂਦਾ ਕਿ ਸਿਰਫ ਔਰ ਸਿਰਫ ਜਿਹੜਾ ਇਹ ਪੰਜਾਬ ਜਿਹੜਾ ਇੱਕ ਪਾਸੇ ਹੀ ਹੈ ਲੇਕਿਨ ਪੰਜਾਬ ਬਹੁਤ ਵੱਡਾ ਅਗਰ ਦੇਖਿਆ ਜਾਏ ਤਾਂ 70% ਤਾਂ ਪੰਜਾਬ ਪਾਕਿਸਤਾਨ ਦੇ ਅੰਦਰ ਹੈ ਜਿਹਦੇ ਅੰਦਰ ਅੱਜ ਵੀ 16 ਘੰਟੇ ਗੱਡੀ ਚੱਲੇ ਤਾਂ ਪੰਜਾਬ ਨਹੀਂ ਮੁੱਕਦਾ ਇਸਲਾਮਾਬਾਦ ਤੋਂ ਸ਼ੁਰੂ ਹੋ ਜਾਓ ਰਹੀਮਯਾਰ ਖਾਂ ਤੱਕ ਲਾਸਟ ਬਾਉਂਡਰੀਜ਼ ਤੱਕ ਤੁਸੀਂ ਜਾਓ ਤੁਹਾਨੂੰ ਪਤਾ ਲੱਗੇਗਾ ਔਰ ਹਰ ਪਿੰਡ ਦੇ ਵਿੱਚ ਮੇਰਾ ਦਾਅਵਾ ਹੈ ਕਿ ਹਰ ਪਿੰਡ ਦੇ ਵਿੱਚ 4 ਤੋਂ 6 ਘਰ 8 ਘਰ ਜਿਹੜੇ ਖਾਲਸਾ ਜੀ ਦੇ ਸਨ ਔਰ ਉਹ ਘਰ ਜਿਹੜੇ ਨੇ ਅੱਜ ਵੀ ਮਤਲਬ ਕਿ ਤੁਸੀਂ ਪਿੰਡ 'ਚ ਚਲੇ ਜਾਓ ਤੁਹਾਨੂੰ ਲੋਕ ਆਰਾਮ ਨਾਲ ਦੱਸਦੇ ਨੇ ਜਿਹੜਾ ਕਿ ਕਿਹਾ ਜਾਂਦਾ ਕਿ ਵੀ ਯਾਰ ਸਾਡੇ ਲੋਕ ਜਿਹੜੇ ਨੇ ਆਰਾਮ ਨਾਲ ਨਹੀਂ ਦੱਸਦੇ ਨੇ ਕਿ ਵੀ ਖਾਲਸਾ ਰਾਜ ਫੁੱਟ ਸਟੈਪਸ ਜਿਹੜੇ ਨੇ ਜਾਂ 6 ਫੁੱਟ ਸਟੈਪਸ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਮੈਂ ਕਹਿੰਦਾ ਨਹੀਂ ਲੋਕ ਬੜੀ ਇਮਾਨਦਾਰੀ ਨਾਲ ਦੱਸਦੇ ਨੇ ਵੀ ਇਹ ਮੁੱਲਾ ਜਿਹੜਾ ਸੀ ਇਹ ਸਰਦਾਰਾਂ ਦਾ ਸੀ ਇਹ ਫਲਾਣੀ ਸੇਵਾ ਜਿਹੜੀ ਹੈ ਸਰਦਾਰਾਂ ਦੀ ਹੈ ਉਹਦੀ ਮਿਸਾਲ ਤੁਸੀਂ ਖਾਲਸਾ ਸਕੂਲਾਂ ਤੋਂ ਲੈ ਸਕਦੇ ਹੋ ਧਰਮਸ਼ਾਲਾ ਤੋਂ ਲੈ ਸਕਦੇ ਹੋ ਨੌਰਥ ਵੈਸਟ ਵਿੱਚ ਜਾਂ ਪੰਜਾਬ ਦੇ ਵਿੱਚ ਬਣੇ ਹੋਏ ਜਿਹੜੇ ਖੂਹ ਨੇ ਉਹਨਾਂ ਦੇ ਅੰਦਰ ਟਹਿਲ ਸੇਵਾ ਕਰਵਾਈ ਖਾਲਸਾ ਜੀ ਦੇ ਹੱਥ ਦੀ ਲੱਗੀ ਹੋਈ ਹੈ ਸਕੂਲਾਂ ਦੇ ਅੰਦਰ ਟਹਿਲ ਸੇਵਾ ਕਰਵਾਈ ਲੱਗੀ ਹੋਈ ਹੈ ਗੁਰੂ ਘਰ ਅਗਰ ਸਕੂਲ ਦੇ ਵਿੱਚ ਕਨਵਰਟ ਹੈ ਤਾਂ ਉਹਦੇ 'ਚ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਉਹਦੀ ਹਿਸਟਰੀ ਜਾਣ ਸਕਦੇ ਹੋ ਕਿ ਵੀ ਉਹ ਗੁਰੂ ਘਰ ਜਿਹੜਾ ਸੀ ਪਹਿਲੇ ਗੁਰਦੁਆਰਾ ਸੀ ਹੁਣ ਸੰਗਤ ਨਾ ਹੋਣ ਪਾਰੋਂ ਜਿਹੜਾ ਉਹਦੇ 'ਚ ਸਕੂਲ ਬਣਿਆ ਕਿਸੇ ਨੇ ਵੀ ਇੱਕ ਨੀਂਹ ਪੱਥਰ ਤੱਕ ਨਹੀਂ ਛੇੜਿਆ ਕਿਸੇ ਜਗ੍ਹਾ ਦਾ ਤਾਂ ਪਤਾ ਨਹੀਂ ਕਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਵੀ ਯਾਰ ਅਸੀਂ ਸਿਰਫ ਇੰਨੇ ਸਵਾਰਥੀ ਹਾਂ ਕਿ ਆਪਣੇ ਮੁਸਲਿਮ ਹੈਰੀਟੇਜ ਤੋਂ ਇਲਾਵਾ ਗੱਲ ਨਹੀਂ ਕਰਦੇ ਮੇਰੇ ਨਾਲ ਆਓ ਮੇਰੀ ਟੀਮ ਨੂੰ ਦੇਖੋ ਮੇਰੇ ਨਾਲ ਜਿਹੜੇ ਛੋਟੇ ਛੋਟੇ ਸਟੂਡੈਂਟਸ ਲੱਗੇ ਹੋਏ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਹ ਪੰਜਾਬੀ ਵਿਰਸੇ ਨੂੰ ਬਚਾਈਏ ਕਿਆ ਕਦੀ ਉਹਨਾਂ ਨੇ ਕਿਸੇ ਨੇ ਉਹਨਾਂ ਨੂੰ ਆ ਕੇ ਦੇਖਿਆ ਕਿਸੇ ਨੇ ਪੁੱਛਿਆ ਕਿ ਵੀ ਉਹ ਕਿਸ ਤਰੀਕੇ ਨਾਲ ਸਿਰਫ ਇੱਕ ਸੈੱਲ ਫੋਨ ਦੇ ਉੱਤੇ 2 ਮੈਗਾਪਿਕਸਲ ਦਾ ਕੈਮਰਾ ਲੈ ਕੇ ਉਹਦੇ ਨਾਲ ਵੀਡੀਓ ਵੀ ਬਣਾਉਂਦੇ ਨੇ ਤਸਵੀਰ ਵੀ ਬਣਾਉਂਦੇ ਨੇ ਔਰ ਆਨਲਾਈਨ ਤੁਸੀਂ ਜਾ ਕੇ ਚੈੱਕ ਕਰੋ ਕਿ ਅੱਜ ਕਿੰਨੀ ਦੁਨੀਆ ਬੈਠੀ ਹੋਈ ਹੈ ਪੰਜਾਬੀ ਵਿਰਸੇ ਨੂੰ ਸਾਂਭਣ ਵਾਸਤੇ ਖਾਲੀ ਇਹ ਨਹੀਂ ਹੈ ਪੰਜਾਬੀ ਜ਼ਬਾਨ ਬਾਰੇ ਬਹੁਤ ਜ਼ਿਆਦਾ ਕੁਛ ਕਿਹਾ ਜਾਂਦਾ ਵੀ ਪੰਜਾਬੀ ਜ਼ਬਾਨ ਮੇਰਾ ਦਾਅਵਾ ਹੈ ਅਸੀਂ 63% ਜਿਹੜੇ ਪਾਕਿਸਤਾਨ ਦੇ ਅੰਦਰ ਲੋਕ ਪੰਜਾਬੀ ਨੇ ਜਿਹੜੇ ਪੰਜਾਬੀ ਬੋਲਦੇ ਨੇ ਸਮਝਦੇ ਨੇ 12 ਡਾਇਲੈਕਟ ਸਾਡੇ ਕੋਲ ਪੰਜਾਬੀ ਦੇ ਓਰਿਜਨਲ ਆਪਣੀ ਹਾਲਤ ਵਿੱਚ ਮੌਜੂਦ ਨੇ ਸਭ ਤੋਂ ਵੱਡੀ ਗੱਲ ਹੈ ਜਿਹਦੇ 'ਚ ਮੈਂ ਬੋਲ ਰਿਹਾ ਵਾਂ ਮਾਝੀ ਮੇਰੀ ਮਾਂ ਬੋਲੀ ਜਿਹੜੀ ਹੈ ਮੈਨੂੰ ਤਾਂ ਇਹਦੀ ਚਰਚਾ ਹੈ ਮੈਨੂੰ ਤਾਂ ਇਹਦੀ ਮੈਨੂੰ ਇਹਨੇ ਪਹਿਚਾਣ ਦਿੱਤੀ ਹੈ ਇਹਦੇ ਅੱਗੇ ਡਾਇਲੈਕਟ ਜਿਹੜੇ ਨੇ ਤੁਸੀਂ ਦੇਖੋ ਸ਼ਾਹਪੁਰੀ ਹੈ ਉਹਦੇ 'ਚ ਫਤਿਹ ਚੰਗ ਦੀ ਹੈ ਫਿਰ ਉਸ ਤੋਂ ਬਾਅਦ ਚਕਵਾਲੀ ਹੈ ਜਿਹਨੂੰ ਕਿ ਧੰਨੀ ਕਿਹਾ ਜਾਂਦਾ ਹੈ ਫਿਰ ਜਿਹੜੀ ਕਿ ਜਿੱਥੇ ਕਿ ਸਿੱਖਇਜ਼ਮ ਦਾ ਹੈੱਡਕੁਆਟਰ ਕਦੀ ਹੁੰਦਾ ਸੀ ਖਾਲਸਾ ਜੀ ਦਾ ਹੈੱਡਕੁਆਟਰ ਸੀ ਰਾਵਲਪਿੰਡੀ ਉੱਥੇ ਪੋਟੋਹਾਰੀ ਬੋਲੀ ਜਾਂਦੀ ਉਸ ਤੋਂ ਥੋੜ੍ਹਾ ਅੱਗੇ ਚਲੇ ਜਾਓ ਤਾਂ ਹਿੰਦਗੋ ਬੋਲੀ ਜਾਂਦੀ ਹੈ ਥੋੜ੍ਹੀ ਤੁਸੀਂ ਕਸ਼ਮੀਰੀ ਪੰਜਾਬੀ ਸੁਣੋ ਕਿਆ ਬਾਤ ਹੈ ਉਹਨਾਂ ਸਾਰੀਆਂ ਸਾਰੇ ਡਾਇਲੈਕਟ ਆਪਣੇ ਆਪਣੇ ਖਾਲਸ ਨੇ ਕੋਈ ਬੰਦਾ ਵੀ ਆਪਣਾ ਕਲਚਰ ਐਂਡ ਹੈਰੀਟੇਜ ਛੱਡਣ ਵਾਸਤੇ ਤਿਆਰ ਨਹੀਂ ਹੈ ਲੇਕਿਨ ਪਤਾ ਨਹੀਂ ਕਿਉਂ ਹਮੇ ਸਾਨੂੰ ਦੂਰ ਕੀਤਾ ਜਾ ਰਿਹਾ ਮੈਂ ਕਹਾਂਗਾ ਕਿ ਅੱਜ ਜਿਹੜਾ ਜਿੰਨਾ ਕਿ ਅਸੀਂ ਆਪਣੇ ਆਪ ਨੂੰ ਪੰਜਾਬੀ ਸ਼ੋਅ ਕਰਨੇ ਆ ਕਾਸ਼ ਕਿ ਉਹ ਅਸੀਂ ਇੰਪਲੀਮੈਂਟ ਵੀ ਕਰੀਏ ਆਪਣੀ ਆਪਣੀ ਫੈਮਿਲੀ ਦੇ ਉੱਤੇ ਘਰ ਬੱਚਿਆਂ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਦਾ ਪ੍ਰਚਾਰ ਕਰੀਏ ਬੇਸ਼ੱਕ ਸਾਡੇ ਅੱਜ ਲੈਂਗੁਏਜ ਜਿਹੜੀ ਪੰਜਾਬੀ ਹੈ ਉਹ ਪਹਿਲੀ ਕਲਾਸ ਤੋਂ ਨਹੀਂ ਪੜ੍ਹਾਈ ਜਾਂਦੀ ਨਰਸਰੀ ਕੇ ਜੀ ਤੋਂ ਨਹੀਂ ਪੜ੍ਹਾਈ ਜਾਂਦੀ ਲੇਕਿਨ ਤੁਸੀਂ ਆਓ ਲਾਹੌਰ ਦੇ 'ਚ ਆ ਕੇ ਦੇਖੋ ਤੁਸੀਂ ਰਾਵਲਪਿੰਡੀ 'ਚ ਦੇਖੋ ਤੁਹਾਨੂੰ ਖਾਲਸ ਡਾਇਲੈਕਟ ਮਿਲਣਗੇ ਉਹਨਾਂ ਦੇ 'ਚ ਕੋਈ ਉਹਨਾਂ 'ਚ ਰੱਲਾ ਨਹੀਂ ਮਿਲੇਗਾ ਜਿਹੜਾ ਬੰਦਾ ਵੀ ਹੈ ਮੈਂ ਅੱਜ ਮੈਨੂੰ ਪਿਛਲੇ ਪ੍ਰੋਗਰਾਮ ਦੇ 'ਚ ਇੱਕ ਅੰਮਾ ਜੀ ਮਿਲੇ ਇੱਥੇ ਉਹ ਮਾਈਗ੍ਰੇਟ ਕਰਕੇ ਆਏ ਹੋਏ ਸੀ ਲਾਹੌਰ ਤੋਂ ਲੇਕਿਨ ਉਹਨਾਂ ਨੂੰ ਪੂਰਾ ਡਾਇਲੈਕਟ ਜਿਹੜਾ ਸੀ ਉਹ ਚੰਗੀ ਜ਼ਬਾਨ ਦਾ ਆਉਂਦਾ ਸੀ ਉਹ ਜਾਂਗਲੀ ਜਿਹੜੀ ਸਾਡੀ ਚੰਗੀ ਬੋਲੀ ਹੈ ਉਹ ਨੂਰਪੁਰ ਥਲਵੀ ਬੋਲੀ ਜਿਹੜੀ ਸੀ ਉਹ ਇੰਨੀ ਸੋਹਣੀ ਬੋਲਦੇ ਸਨ ਮੈਂ ਹੈਰਾਨ ਰਹਿ ਗਿਆ ਦੇਖ ਕੇ ਸੋ ਸ਼ਾਹਿਦ ਸਾਹਿਬ ਤੁਸੀਂ ਬਹੁਤ ਹੀ ਪਿਆਰੀਆਂ ਗੱਲਾਂ ਦੱਸ ਰਹੇ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਹੋ ਗਿਆ ਅਤੇ ਆਪਾਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਸੋ ਪਲੀਜ਼ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਾਨੂੰ ਉਮੀਦ ਹੈ ਕਿ ਹਲੇ ਥਾਈਂ ਦਾ ਡਾਕਟਰ ਕਾਂਗ ਸ਼ੋਅ ਤੁਸੀਂ ਪਸੰਦ ਕਰ ਰਹੇ ਹੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪਾਕਿਸਤਾਨ ਤੋਂ ਆਏ ਮਹਿਮਾਨ ਸ਼ਾਹਿਦ ਸ਼ਬੀਰ ਜੀ ਨਾਲ ਸ਼ਾਹਿਦ ਜੀ ਤੁਸੀਂ ਬੜੀ ਤਫਸੀਲ ਨਾਲ ਦੱਸਿਆ ਵੀ ਜਿਹੜੀ ਪੰਜਾਬੀਆਂ ਦੀ ਸਾਂਝੀਵਾਲਤਾ ਕੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਹੈਰੀਟੇਜ ਦਾ ਕੰਮ ਸਾਂਭ ਰਹੇ ਹੋ ਥੋੜ੍ਹੇ ਜਿਹੇ ਸ਼ਬਦਾਂ ਦੱਸੋ ਵੀ ਇਹਦੀ ਇੰਸਪੀਰੇਸ਼ਨ ਕਿੱਥੋਂ ਆਈ ਤੁਹਾਨੂੰ ਦੇਖੋ ਜੀ ਮੈਨੂੰ ਵੈਸੇ ਤਾਂ ਜਦੋਂ ਮੈਂ ਮਾਸਟਰ ਕਰ ਰਿਹਾ ਸੀ ਪੰਜਾਬੀ
ਤੇ ਉਹਦੇ 'ਚ ਬਾਰ ਬਾਰ ਘੁੰਮ ਕੇ ਸਾਰੇ ਪੰਨੇ ਜਿੰਨੇ ਵੀ ਸਨ ਉਹ ਜਾ ਕੇ ਪੰਜਾਬ 'ਤੇ ਬੋਲ ਪਹੁੰਚ ਜਾਂਦੇ ਸਨ। ਔਰ ਉਸ ਤੋਂ ਬਾਅਦ ਮੈਂ ਕਹਾਂਗਾ ਕਿ ਥੈਂਕਸ ਫੇਸਬੁੱਕ, ਫੇਸਬੁੱਕ ਤੋਂ ਬਾਅਦ ਮੈਂ ਕਹਾਂਗਾ ਤਮਾਮ ਸੰਗਤ ਦਾ ਸ਼ੁਕਰੀਆ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਅਬਲਾਈਜ ਕੀਤਾ ਫੇਸਬੁੱਕ ਦੇ ਉੱਤੇ ਕਿ ਅੱਜ ਮੈਂ USA ਹਾਂ। ਔਰ ਦੂਸਰਾ ਜਿਹੜੀ ਮੇਰੀ ਐਫਰਟ ਸਭ ਤੋਂ ਜ਼ਿਆਦਾ ਸ਼ਾਇਦ ਇੱਕ ਹੀ ਬੰਦੇ ਨਜ਼ਰ ਆਉਂਦੀ ਸੀ ਕਿ ਡਾਕਟਰ ਦਲਵੀਰ ਸਿੰਘ ਪੰਨੂ ਜੀ ਪੰਨੂ ਡੈਂਟਲ ਗਰੁੱਪ ਦੇ ਜਿਹੜੇ ਓਨਰ ਨੇ ਇਹਨਾਂ ਨੇ ਹੀ ਮੇਰਾ ਖਿਆਲ ਹੈ ਮੈਨੂੰ ਇਸ ਲਾਇਕ ਸਮਝਿਆ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਪਲੀਜ਼ ਤੁਸੀਂ ਕੋਈ ਟੂਰ ਐਸਾ ਪਲੈਨ ਕਰੋ ਜਿਹ 'ਚ ਤੁਸੀਂ USA ਆਓ ਔਰ ਇੱਥੇ ਦੀ ਸੰਗਤ ਨੂੰ ਆ ਕੇ ਤੁਸੀਂ ਇਸ ਚੀਜ਼ ਬਾਰੇ ਜਾਗਰੂਕ ਕਰੋ ਕਿ ਵੀ ਅਸੀਂ ਕਿੰਨਾ ਕੁਛ ਰੱਖਦੇ ਹਾਂ ਪਾਕਿਸਤਾਨ ਦੇ ਵਿੱਚ। ਆਪਾਂ ਪੰਨੂ ਸਾਹਿਬ ਤੋਂ ਪੁੱਛਦੇ ਹਾਂ, ਡਾਕਟਰ ਪੰਨੂ ਤੁਸੀਂ ਪਲੀਜ਼ ਸਾਡਾ ਲਾਗੇ ਆ ਜਾਓ, ਤੁਸੀਂ ਇਹ ਦੱਸੋ ਵੀ ਤੁਹਾਡਾ ਇਹਨਾਂ ਨਾਲ ਕਿੱਦਾਂ ਲਿੰਕ ਪੈਦਾ ਹੋਇਆ? ਜੀ ਮੈਂ ਇਹਨਾਂ ਦਾ ਇੱਕ ਆਮ ਵਨ ਆਫ ਹਿਜ਼ ਥਾਊਜ਼ੈਂਡਸ ਆਫ ਫੈਨਸ ਦੈਟ ਆਰ ਫਰੋਮ ਆਲ ਓਵਰ ਦ ਵਰਲਡ, ਅਤੇ ਮੈਂ ਉਹਨਾਂ 'ਚੋਂ ਇੱਕ ਹਾਂ ਅਤੇ ਮੈਂ ਇਹਨਾਂ ਨੂੰ ਕਾਫੀ ਚਿਰ ਤੋਂ ਵਾਚ ਕਰਦਾ ਸੀ। ਇਹ ਆਪਣੀ ਪੂਰੀ ਟੀਮ ਦੇ ਨਾਲ ਮੈਨੂੰ ਇਹ ਚੰਗਾ ਲੱਗਦਾ ਸੀ ਕਿ ਨਾ ਕਿ ਬਿਨਾਂ ਕਿਸੇ ਇਨੀਸ਼ੀਅਲ ਕੋਈ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਹੁਣ ਤਾਂ ਕੁਦਰਤੀ ਰੱਬ ਵੱਲੋਂ ਮੇਰ ਹੋਈ ਹੈ ਅਤੇ ਇੱਥੇ ਪਹੁੰਚ ਗਏ ਨੇ। ਇਹਨਾਂ ਨੂੰ ਪਿਛਲੇ 1 ਸਾਲ 2 ਸਾਲ 3 ਸਾਲ ਤੋਂ ਜਦੋਂ ਤੋਂ ਇਹ ਕੰਧਾਂ ਕੋਠੇ ਟੱਪ ਕੇ ਪਾਕਿਸਤਾਨ 'ਚ ਆਪਣੇ ਗੁਰਧਾਮ ਲੱਭਦੇ ਨੇ, ਲੋਕਾਂ ਦੇ ਪ੍ਰਾਈਵੇਟ ਘਰਾਂ 'ਚ ਵੜਦੇ ਨੇ, ਉਹਨਾਂ ਨਾਲ ਲੜਾਈ ਕਰਦੇ ਨੇ, ਸਰਕਾਰ ਨਾਲ ਲੜਾਈ ਕਰਦੇ ਨੇ, ਵਕਫ ਬੋਰਡ ਦੇ ਨਾਲ ਸਿੱਖਾਂ ਦੇ ਲਈ ਲੜਦੇ ਆ। ਇਹਨਾਂ ਨੂੰ ਕੋਈ ਇਹੋ ਜਿਹਾ ਨਹੀਂ ਸੀ ਕਿ ਆਪਾਂ ਕਦੀ ਇਹਨਾਂ ਨੂੰ ਇੱਥੇ ਅਮਰੀਕਾ ਬੁਲਾਵਾਂਗੇ। ਸੋ ਮੈਨੂੰ ਇਹ ਬਹੁਤ ਚੰਗਾ ਲੱਗਾ, ਕੋਈ ਇਨਸਾਨ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਆਪਾਂ ਪਹਿਲਾਂ ਸੋਚਦੇ ਹਾਂ, ਇਹ ਇਨਸਾਨ ਨੇ ਕਦੀ ਸੋਚਿਆ ਨਹੀਂ, ਹੀ ਵਾਜ਼ ਡੂਇੰਗ ਦ ਥਿੰਗਸ ਫਸਟ। ਤਾਂ ਕਰਕੇ ਮੈਨੂੰ ਲੱਗਾ ਕਿ ਯਾਰ ਆਪਾਂ ਕਿਉਂ ਨਾ ਕੁਛ ਘੱਟੋ ਘੱਟ ਇਹਨਾਂ ਲਈ, ਸ਼ਾਇਦ ਪਾਕਿਸਤਾਨ 'ਚ ਕੁਛ ਨਹੀਂ ਕਰ ਸਕੀਏ, ਘੱਟੋ ਘੱਟ ਇਹਨਾਂ ਨੂੰ ਇੱਥੇ ਬੁਲਾਈਏ ਕੁਛ, ਅੱਜ ਜਿੱਦਾਂ ਆਪਾਂ ਯੂਨੀਵਰਸਿਟੀ ਤੁਸੀਂ ਮੌਕਾ ਦਿੱਤਾ ਆ। ਸੋ ਮੇਰਾ ਇਹਨਾਂ ਨਾਲ ਇਹੀ ਰਾਬਤਾ ਸੀ ਕਿ ਆਮ ਵਨ ਆਫ ਦ ਫੈਨਸ ਜਿਹੜੇ ਕਿ ਇਹਨਾਂ ਨੂੰ ਬਹੁਤ ਚਿਰ ਤੋਂ ਵਾਚ ਕਰਦੇ ਆ, ਜਿਵੇਂ ਇਹ ਉਹ ਜਗ੍ਹਾ 'ਤੇ ਪਹੁੰਚਦੇ ਆ ਜਿਹੜੀਆਂ ਸਾਨੂੰ ਕਿਤਾਬਾਂ 'ਚ ਵੀ ਨਹੀਂ ਲੱਭਦੀਆਂ। ਮੈਨੂੰ ਪਰਸਨਲੀ ਸਿੱਖ ਹਿਸਟਰੀ ਦੇ ਨਾਲ ਬਹੁਤ ਪ੍ਰੇਮ ਹੈ, ਕਿਤਾਬਾਂ ਮੈਂ ਪੜ੍ਹਦਾ ਰਹਿੰਦਾ ਪਿਛਲੇ 7-8 ਸਾਲਾਂ ਤੋਂ, ਮੈਂ ਪਾਕਿਸਤਾਨ ਗਿਆ ਵੀ ਸੀ, ਪਰ ਜਿਹੜੀ ਚੀਜ਼ਾਂ ਕਈ ਵਾਰੀ ਇਹ ਲੈ ਆਉਂਦੇ ਆ ਉਹ ਬਹੁਤ ਮੁਸ਼ਕਿਲ ਹੈ, ਉਹ ਕਿਤਾਬਾਂ 'ਚ ਨਹੀਂ ਹੈ। ਲੋਕਾਂ ਤੋਂ ਪ੍ਰਸੰਗ ਲੈ ਕੇ, ਲੋਕਾਂ ਨਾਲ ਪਿੰਡਾਂ 'ਚ ਜਾ ਕੇ, ਬਜ਼ੁਰਗਾਂ ਨਾਲ ਗੱਲਾਂ ਕਰਕੇ ਉਹ ਚੀਜ਼ਾਂ ਲੱਭਦੇ ਆ ਜਿਹੜੀਆਂ ਮੈਂ ਸਮਝਦਾ ਸਾਡੇ ਲਈ ਨਿਆਬ ਤੋਹਫਾ ਆ। ਸੋ ਸ਼ਾਹਿਦ ਸਾਹਿਬ ਤੁਸੀਂ ਇਹ ਦੱਸੋ ਵੀ ਤੁਹਾਨੂੰ ਅਮੈਰੀਕਾ ਜਾ ਕੇ ਪੰਜਾਬੀਆਂ ਤੋਂ ਕਿੱਦਾਂ ਦਾ ਪਿਆਰ ਜਾਂ ਕਿੱਦਾਂ ਦਾ ਤੁਹਾਨੂੰ ਜਿਹੜਾ ਖੈਰ ਮਕਦਮ ਮਿਲ ਰਿਹਾ ਲੋਕਾਂ ਤੋਂ? ਮੈਂ ਕਹਾਂਗਾ ਕਿ ਜੀ ਡੇ 1 ਤੋਂ ਜਿਸ ਦਿਨ ਮੇਰਾ ਮਤਲਬ ਕਿ ਫਲਾਈਟ ਇੱਥੇ ਉਤਰੀ ਹੈ ਉਸੇ ਦਿਨ ਹੀ ਮੈਂ ਵਿਹਲਾ ਸੀਗਾ ਰਾਤ ਨੂੰ, ਅਤੇ ਅਗਲੇ ਦਿਨ ਹੀ ਮੇਰੀ ਫਲਾਈਟ ਜਿਹੜੀ ਸੀ ਡੈਲਸ ਵਾਸਤੇ ਸੀ। ਔਰ ਉੱਥੇ ਇੱਕ ਪ੍ਰੋਗਰਾਮ ਕਰਨਾ ਸੀ, ਉੱਥੇ ਮੇਰੇ 4 ਪ੍ਰੋਗਰਾਮ ਹੋਏ, ਯਾਨੀ ਕਿ ਜਿੱਥੇ ਵੀ ਮੈਂ ਇੱਕ ਪ੍ਰੋਗਰਾਮ ਕਰਨ ਲਈ ਗਿਆ ਮੇਰੇ ਅੱਗੇ 4 ਪ੍ਰੋਗਰਾਮ ਮੈਨੂੰ ਮਿਲੇ ਨੇ, ਯਾਨੀ ਕਿ 4 ਪ੍ਰੈਜੈਂਟੇਸ਼ਨਸ ਮਿਲ ਗਈਆਂ ਨੇ, ਯਾਨੀ ਕਿ ਮੈਂ ਆਇਆ 8 ਪ੍ਰੋਗਰਾਮਾਂ ਵਾਸਤੇ ਸੀ, ਮੈਂ 20 ਕਰ ਚੁੱਕਿਆ ਹਾਂ। ਔਰ ਉਸ ਤੋਂ ਬਾਅਦ ਵੀ ਹਲੇ ਲਾਈਨ ਲੱਗੀ ਹੋਈ ਹੈ ਕਿ ਤੁਸੀਂ ਸਾਡੇ ਗੁਰੂ ਘਰ ਆਓ ਅਤੇ ਆ ਕੇ ਲੋਕਾਂ ਨੂੰ ਜਿਹੜੇ ਗੁਰੂ ਘਰ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਜਿਹੜੇ ਸੰਗਤ ਤੋਂ ਵਿਛੜ ਗਏ ਨੇ ਉਹਨਾਂ ਬਾਰੇ ਸਾਨੂੰ ਜਿਹੜੀ ਹੈ ਜਾਗਰੂਕ ਦੱਸੋ ਕਿ ਵੀ ਕਿਹੜਾ ਕਿਹੜਾ ਗੁਰੂ ਘਰ ਕਿੱਥੇ ਕਿੱਥੇ ਮੌਜੂਦ ਹੈ ਔਰ ਕਿਹੜੀ ਹਾਲਤ ਦੇ ਵਿੱਚ ਹੈ। ਫਿਰ ਕਹਾਂਗਾ ਪਾਕਿਸਤਾਨ ਕੋਲ ਸਿੱਖ ਇਤਿਹਾਸ ਦਾ ਬਹੁਤ ਕੁਛ ਪਿਆ ਹੋਇਆ ਹੈ, ਅਗਰ ਲੋੜ ਹੈ ਤਾਂ ਸਿਰਫ ਉਹਨੂੰ ਐਕਸਪਲੋਰ ਕਰਨ ਦੀ ਹੈ। ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਔਰ ਉਮੀਦ ਹੈ ਕਿ ਤੁਸੀਂ ਮੇਰੀ ਕੋਸ਼ਿਸ਼ ਤੋਂ ਪਹਿਲੇ ਵੀ ਮੁਤਮਿਨ ਹੋ ਔਰ ਮੈਂ ਮਜ਼ੀਦ ਮੁਤਮਿਨ ਕਰਾਂਗਾ ਤੁਹਾਨੂੰ, ਲੇਕਿਨ ਮੈਨੂੰ ਉਹਦੇ ਵਾਸਤੇ ਤੁਹਾਡੀ ਲਾਈਕਸ ਦੀ ਜ਼ਰੂਰਤ ਹੈ, ਉਹਦੇ ਵਾਸਤੇ ਤੁਹਾਡੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੇਰੇ ਪੇਜਸ ਨੂੰ ਕਲਿੱਕ ਕਰੋਗੇ ਅਤੇ ਜਿੰਨੀ ਜਾਗਰੂਕ ਜ਼ਿਆਦਾ ਹੋਏਗੀ, ਜਿੰਨੇ ਲੋਕਾਂ ਤੱਕ ਮੈਸੇਜ, ਮੇਰਾ ਜਿਹੜਾ ਮਿਸ਼ਨ ਹੈ ਉਹੀ ਹੈ ਕਿ ਮੈਂ ਲੋਕਾਂ ਤੱਕ ਪੰਜਾਬੀ ਜਿੰਨੇ ਮੇਰੇ ਭੈਣ ਭਰਾ ਨੇ, ਭਾਵੇਂ ਉਹ ਕਿਸੇ ਵੀ ਧਰਮ ਨਾਲ ਕਿਸੇ ਜਗ੍ਹਾ 'ਤੇ ਵੀ ਬੈਠੇ ਨੇ, ਉਹਨਾਂ ਤੱਕ ਪੰਜਾਬੀ ਕਲਚਰ ਐਂਡ ਹੈਰੀਟੇਜ ਦੀ ਆਵਾਜ਼ ਜਾਣੀ ਚਾਹੀਦੀ ਹੈ ਔਰ ਪੂਰੇ ਤਰੀਕੇ ਨਾਲ ਆਵਾਜ਼ ਜਾਣੀ ਚਾਹੀਦੀ ਹੈ। ਇਹ ਨਹੀਂ ਹੈ ਮੈਂ ਖਾਲੀ ਤਸਵੀਰਾਂ ਲੈ ਕੇ ਆਉਂਦਾ ਵਾਂ, ਮੈਂ ਪ੍ਰਾਇਮਰੀ ਸੋਰਸ ਵੀ ਨਾਲ ਲੈ ਕੇ ਆਉਂਦਾ ਵਾਂ ਕਿ ਹਿਸਟਰੀ ਉਹਦੇ ਬਾਰੇ 'ਚ ਇਤਿਹਾਸ ਕੀ ਕਹਿੰਦਾ। ਕਾਸ਼ ਕਿ ਮੈਂ MPhil ਜਾਂ PhD ਕਰ ਪਾਉਂਦਾ ਉੱਥੋਂ ਪਾਕਿਸਤਾਨ ਤੋਂ ਹੀ, ਤਾਂ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ, ਲੇਕਿਨ ਅਫਸੋਸ ਹੈ ਕਿ ਮੈਨੂੰ ਅੱਗੇ ਐਡਮਿਸ਼ਨ ਨਹੀਂ ਮਿਲਿਆ। ਲੇਕਿਨ ਇਨਸ਼ਾਅੱਲਾ ਉਮੀਦ ਆ ਹੁਣ ਮੈਨੂੰ ਕਿ ਸ਼ਾਇਦ ਮੈਂ USA ਦੀ ਫੈਲੋਸ਼ਿਪ ਤੋਂ ਮੈਂ ਇਹ ਵੀ ਆਪਣਾ ਖੁਆਬ ਪੂਰਾ ਕਰਾਂਗਾ ਔਰ ਇਨਸ਼ਾਅੱਲਾ ਸਿੱਖਿਜ਼ਮ ਔਰ ਸਿੱਖ ਹੈਰੀਟੇਜ ਦੇ ਉੱਤੇ PhD ਦੀ ਡਿਗਰੀ ਲੈ ਕੇ ਵਿਖਾਵਾਂਗਾ। ਔਰ ਜਿਹੜਾ ਮੇਰਾ ਖੁਆਬ ਸੀ ਕਿ ਮੈਂ ਪੰਜਾਬੀ ਸਕਾਲਰ ਕਲਾਵਾਂ, ਪੰਜਾਬੀ ਡਾਕਟਰ ਕਲਾਵਾਂ, ਅਤੇ ਮੈਨੂੰ ਮੇਰਾ ਉਹ ਖੁਆਬ ਸ਼ਾਇਦ ਅਮੈਰੀਕਾ ਤੋਂ ਪੂਰਾ ਹੋ ਜਾਏ। ਸੋ ਸ਼ਾਇਦ ਸਾਹਿਬ ਜਿਹੜਾ ਤੁਹਾਡਾ ਖੁਆਬ ਆ ਉਹ ਤਾਂ ਅਸੀਂ ਅੱਲਾ ਤਾਲਾ ਅੱਗੇ, ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ ਦੁਆ ਕਰਾਂਗੇ ਪੂਰਾ ਕਰੇ। ਤੁਸੀਂ ਇਹ ਦੱਸੋ ਵੀ ਜਿਹੜੇ ਅਮੈਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਨੇ ਸਰੋਤੇ, ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ ਤੁਹਾਡਾ ਖੁਆਬ ਪੂਰਾ ਕਰਨ 'ਚ? ਮੈਂ ਹੀ ਕਹਾਂਗਾ ਕਿ ਅਗਰ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਸੀਨੀਅਰ ਲੈਕਚਰਾਰ ਨੇ ਜਾਂ ਕੋਈ ਸਿੱਖ ਸਕਾਲਰ ਨੇ, ਪਲੀਜ਼ ਉਹ ਮੈਨੂੰ ਗਾਈਡ ਕਰਨ ਫਰਦਰ ਮੇਰੀ ਜਿੰਨੀ ਵੀ ਰਿਸਰਚ ਹੈ, ਕਿਉਂਕਿ ਕੋਈ ਵੀ ਬੰਦਾ ਪੂਰਾ ਨਹੀਂ ਹੁੰਦਾ, ਅਧੂਰਾ ਹੁੰਦਾ। ਸਾਰੇ ਭੈਣ ਭਰਾ ਮਿਲ ਕੇ ਹੀ ਇੱਕ ਦੂਜੇ ਦੀ ਮਦਦ ਕਰਕੇ ਅਸੀਂ ਪੂਰੇ ਹੁੰਦੇ ਹਾਂ ਔਰ ਆਪਣਾ ਪੰਜਾਬੀਆਂ ਦਾ ਤਾਂ ਕੁਛ ਵੰਡਿਆ ਹੀ ਨਹੀਂ ਹੈ ਔਰ ਪੰਜਾਬੀ ਜਿਹੜੇ ਹਾਂ ਅਸੀਂ ਉਹ ਅਗਰ ਏਕਤਾ ਪੰਜਾਬੀਆਂ ਦੀ ਹੋਵੇ ਤਾਂ ਜਿਸ ਤਰ੍ਹਾਂ ਪਹਿਲੇ ਪੰਜਾਬ ਬਹੁਤ ਬੜੀ ਪਾਵਰ ਸੀ, ਮੈਂ ਕਹਾਂਗਾ ਕਿ ਅੱਜ ਵੀ ਦੁਨੀਆ ਦੇ ਵਿੱਚ ਮੈਂ ਦੇਖ ਕੇ ਬੜਾ ਖੁਸ਼ ਹੋ ਰਿਹਾ ਵਾਂ। ਇਹ ਚਾਰੋਂ ਪਾਸੇ ਇੰਨਾ ਵੱਡਾ ਮਿਲ,
ਔਰ ਮੈਂ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਲੈ ਕੇ ਪੰਜਾਬੀ ਵਿਰਸੇ ਨੂੰ ਲੈ ਕੇ ਅੱਗੇ ਮੈਂ ਡਾਕਟਰੇਟ ਕਰਨਾ ਚਾਹੁੰਦਾ ਵਾਂ, ਮੈਂ ਪੰਜਾਬੀ ਡਾਕਟਰ ਕਹਿਲਾਉਣਾ ਚਾਹੁੰਦਾ ਵਾਂ ਕਿ ਮੇਰੇ 'ਤੇ ਸਟੈਂਪ ਹੋਵੇ ਕਿ ਮੈਂ ਪੰਜਾਬੀ ਡਾਕਟਰ ਹਾਂ, ਮੈਨੂੰ ਹੋਰ ਕੋਈ ਨਹੀਂ ਕੁਛ ਨਹੀਂ ਚਾਹੀਦਾ। ਸਾਹਿਬ ਇਹ ਤਾਂ ਆਪਾਂ ਸਾਰੇ ਰਲ ਕੇ ਉਪਰਾਲਾ ਕਰਾਂਗੇ ਵੀ ਰੱਬ ਤੁਹਾਡਾ ਖੁਆਬ ਜਿਹੜਾ ਅਤੇ ਤੁਹਾਡਾ ਜਿਹੜਾ ਮਿਸ਼ਨ ਹੈ ਇਹਨੂੰ ਪੂਰਾ ਕਰੇ। ਤੁਸੀਂ ਮੈਨੂੰ ਕੋਈ ਇੱਦਾਂ ਦਾ ਐਕਸਪੀਰੀਅੰਸ ਦੱਸੋ ਵੀ ਪਾਕਿਸਤਾਨ 'ਚ ਤੁਸੀਂ ਕੋਈ ਇੱਦਾਂ ਦੀ ਚੀਜ਼ ਲੱਭੀ ਹੋਵੇ ਜਿਹਨੂੰ ਦੇਖ ਕੇ ਵੀ ਤੁਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਜਾਂ ਜਜ਼ਬਾਤੀ ਹੋਏ ਹੋ ਜਿਹੜੀ ਕੋਈ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਅੱਜ? ਵੀਰ ਜੀ, ਮੈਂ ਕਹਾਂਗਾ ਕਿ ਚੱਪੇ ਚੱਪੇ ਤੋਂ ਮੈਂ ਕਿਹੜੀ ਜਗ੍ਹਾ ਦਾ ਨਾਮ ਲਵਾਂ। ਮੈਂ ਇਹ ਹਰ ਚੱਪੇ ਦੇ ਉੱਤੇ ਤੁਸੀਂ ਇੱਕ ਗਲੀ ਤੋਂ ਦੂਸਰੀ ਗਲੀ 'ਚ ਵੜਦੇ ਹੋ ਅਤੇ ਤੁਹਾਨੂੰ ਜਗ੍ਹਾ ਜਗ੍ਹਾ ਦੇ ਉੱਤੇ ਪੰਜਾਬੀ ਕਲਚਰ ਐਂਡ ਹੈਰੀਟੇਜ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਪ੍ਰੀ ਪਾਰਟੀਸ਼ਨ, ਕਿਉਂਕਿ ਮੇਰੀ ਰਿਸਰਚ ਹੈ ਸਾਰੀ ਪ੍ਰੀ ਪਾਰਟੀਸ਼ਨ ਦੇ ਉੱਤੇ, ਵੰਡ ਤੋਂ ਪਹਿਲੇ ਦੀ ਹੈ। ਅਤੇ ਵੰਡ ਤੋਂ ਪਹਿਲੇ ਦੀ ਜਦੋਂ ਮੈਂ ਗੱਲ ਕਰਨਾ ਵਾਂ ਤਾਂ ਮੇਰੇ ਕੋਲ ਬਹੁਤ ਕੁਛ ਵੰਡ ਦੇ ਪਹਿਲੇ ਐਸਾ ਹੈ ਕਿ ਜਦੋਂ ਮੈਂ ਦੇਖਣਾ ਵਾਂ ਤਾਂ ਮੈਂ ਤਾਰੀਫ ਕੀਤੇ ਬਗੈਰ ਨਹੀਂ ਰਹਿੰਦਾ, ਕਿਉਂਕਿ ਮੇਰਾ ਉਹ ਅਨਮੁੱਲਾ ਪੰਜਾਬ, ਮੇਰੇ ਇਕੱਠੇ ਪੰਜਾਬ ਦੀਆਂ ਜਿਹੜੀਆਂ ਨੇ ਉਹ ਯਾਦਾਂ ਨੇ, ਉਹਨਾਂ ਯਾਦਾਂ ਨੂੰ ਲੈ ਕੇ ਮੈਂ ਅਕਸਰ ਜਿਹੜਾ ਮੈਂ ਨਿਕਲਣਾ ਵਾਂ। ਔਰ ਜਦੋਂ ਵੀ ਮੈਂ ਨਿਕਲਣਾ ਵਾਂ ਸੈਟਰਡੇ ਸੰਡੇ ਨੂੰ, ਤਾਂ ਮੈਂ ਕੁਛ ਨਾ ਕੁਛ ਐਸਾ ਨਵਾਂ ਲੱਭ ਕੇ ਲੈ ਕੇ ਆਉਂਦਾ ਵਾਂ ਕਿ ਜਿਹੜੇ ਪਹਿਲੇ ਨਾ ਤਾਂ ਹਿਸਟਰੀ 'ਚ ਮੈਨਸ਼ਨ ਕੀਤਾ ਗਿਆ ਹੁੰਦਾ, ਨਾ ਕਿਸੇ ਬੁੱਕ 'ਚ ਰਿਕਾਰਡ ਮਿਲਦਾ, ਔਰ ਉੱਥੇ ਦੇ ਬਜ਼ੁਰਗ ਵੀ ਦੱਸਦੇ ਨੇ। ਤਾਂ ਕੁਛ ਕਹਿ ਲਵੋ ਤੁਸੀਂ ਕਿ ਮੇਰੀ ਆਪਣੀ ਪਰਸਨਲ ਰਿਸਰਚ ਜਿਹੜੀ ਹੈ ਪੰਜਾਬੀ ਵਿਰਸੇ ਬਾਰੇ ਔਰ ਖਾਲਸਾ ਰਾਜ ਬਾਰੇ ਮੈਂ ਬਹੁਤ ਜ਼ਿਆਦਾ ਡੀਪਲੀ ਜਾਣਾ ਵਾਂ। ਅੰਡਰ ਦਾ ਗਰਾਊਂਡ ਜਾ ਕੇ ਉਹਨਾਂ ਚੀਜ਼ਾਂ ਨੂੰ ਮੈਂ ਦੇਖਣਾ ਵਾਂ, ਫਿਰ ਉਹ ਜਿਹੜੀਆਂ ਹਿਸਟਰੀ ਬੋਲਦੀ ਉਹਦੇ ਬਾਰੇ 'ਚ ਉਹਦੇ ਨਾਲ ਵੀ ਇਹ ਕਰਨਾ ਵਾਂ ਉਹਦਾ ਮੁਆਜ਼ਨਾ ਕਿ ਆਇਆ ਕਿ ਉਹ ਚੀਜ਼ ਠੀਕ ਵੀ ਹੈ ਜਾਂ ਗਲਤ ਹੈ, ਫਿਰ ਉਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਲੈ ਕੇ ਆਉਂਦਾ ਵਾਂ। ਸੋ ਸ਼ਾਹਿਦ ਸਾਹਿਬ ਨੇ ਬਹੁਤ ਸੋਹਣਾ ਦੱਸਿਆ। ਸੋ ਡਾਕਟਰ ਪੰਨੂ, ਜੇ ਕਿਸੇ ਨੇ ਅਮੈਰੀਕਾ ਦੇ ਵਿੱਚ ਜਾਂ ਕੈਨੇਡਾ 'ਚ ਕਿਸੇ ਸਿੱਖ ਕਮਿਊਨਿਟੀ ਨੇ, ਈਵਨ ਕਿ ਇਹਨਾਂ ਦਾ ਹਿੰਦੂ ਕਮਿਊਨਿਟੀ 'ਤੇ ਵੀ ਬਹੁਤ ਰਿਸਰਚ ਹੈਗੀ ਆ, ਜੇ ਕਿਸੇ ਨੇ ਇਹਨਾਂ ਨੂੰ ਬੁਲਾਉਣਾ ਹੋਵੇ ਉਹ ਤੁਹਾਨੂੰ ਕਿੱਦਾਂ ਕੰਟੈਕਟ ਕਰ ਸਕਦੇ ਨੇ ਜੇ ਉਹ ਇਹਨਾਂ ਦਾ ਪ੍ਰੋਗਰਾਮ ਆਪਣੇ ਗੁਰੂ ਘਰ ਜਾਂ ਆਪਣੇ ਕਿਸੇ ਜਥੇਬੰਦੀ ਜਾਂ ਕਿਸੇ ਤਰ੍ਹਾਂ ਵੀ ਕਰਨਾ ਚਾਹੁੰਦੇ ਆ, ਬੇਸ਼ੱਕ ਉਹ ਸਿੱਖ ਨੇ ਜਾਂ ਹਿੰਦੂ ਨੇ ਜਾਂ ਕੋਈ ਹੋਰ ਇੰਡੀਅਨ ਕਮਿਊਨਿਟੀ ਆ, ਉਹ ਕਿੱਦਾਂ ਤੁਹਾਨੂੰ ਕੰਟੈਕਟ ਕਰ ਸਕਦੇ ਨੇ? ਜੀ, ਸਭ ਤੋਂ ਬੈਸਟ ਤਰੀਕਾ ਤਾਂ ਹੈ ਕਿ ਸ਼ਾਹਿਦ ਸ਼ਬੀਰ ਜੀ ਦਾ ਫੇਸਬੁੱਕ ਪੇਜ, ਜਿਹੜੇ ਕਿ ਦੁਨੀਆ ਦੇ ਬਹੁਤ ਸਾਰੇ ਪੰਜਾਬੀ ਜਿਹੜੇ ਕਿ ਦੱਸੋਗੇ ਐਡਰੈਸ? ਹਾਂਜੀ, ਉਹ ਹੈਗਾ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਇਹ ਇਹਨਾਂ ਦਾ ਮੇਨ ਫੇਸਬੁੱਕ ਪੇਜ ਹੈ। ਵੈਸੇ ਇਹਨਾਂ ਦਾ ਫੇਸਬੁੱਕ ਪੇਜ ਕਿੰਨੇ ਨੇ, ਪਰ ਜਿਹੜਾ ਦਾ ਮੇਨ ਪੇਜ ਜਿੱਥੇ ਇਹ ਜ਼ਿਆਦਾ ਪੰਜਾਬੀ ਸੱਭਿਆਚਾਰ ਖਾਲਸਾ ਰਾਜ ਫੁੱਟਸਟੈਪ ਦੇ ਬਾਰੇ ਲਿਖਦੇ ਆ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਖਾਲਸਾ ਰਾਜ ਫੁੱਟਸਟੈਪ ਇਨ ਪਾਕਿਸਤਾਨ, ਇਹ ਇਹਨਾਂ ਦੇ ਮੇਨ ਪੇਜ ਫੇਸਬੁੱਕ 'ਤੇ ਨੇ ਜਿੱਥੇ ਇਹ ਅਕਸਰ ਆਪਣੇ ਐਵਰੀ ਵੀਕ ਅਬਾਊਟ ਹਫ਼ਤੇ 'ਚ ਇੱਕ ਦੋ ਵਾਰੀ ਅਪਡੇਟਸ ਕਰਦੇ ਰਹਿੰਦੇ ਆ। ਕੋਈ ਵੀ ਸੱਜਣ ਜਿਹੜਾ ਵੀ ਇਹਨਾਂ ਨੂੰ ਕੁਛ ਬੁਲਾਉਣਾ ਚਾਹੁੰਦਾ ਹੈ, ਕਰਨਾ ਚਾਹੁੰਦਾ ਹੈ, ਸਗੋਂ ਅਸੀਂ ਚਾਹੁੰਦੇ ਹਾਂ ਹੁਣ ਜਿਵੇਂ ਅਮਰੀਕਾ ਆਏ ਹੋਏ ਆ, ਇਹਨਾਂ ਨੂੰ ਰੋਜ਼ ਹੀ ਕੋਈ ਨਾ ਕੋਈ ਕਹਿੰਦਾ ਤੁਸੀਂ ਕੈਨੇਡਾ ਵੀ ਸਾਡੇ ਵੱਲ ਆਓ, ਉਹ ਪਰ ਕੈਨੇਡਾ ਤਾਂ ਹੀ ਆਉਣਗੇ ਨਾ ਜੇ ਵੀਜ਼ਾ ਮਿਲੇਗਾ, ਵੀਜ਼ਾ ਤਾਂ ਹੀ ਮਿਲੇਗਾ ਜੇ ਕੋਈ ਸਪੋਂਸਰਸ਼ਿਪ ਭੇਜੇਗਾ। ਮਤਲਬ ਵੀ ਨੀਡ ਸਮ ਪੀਪਲ ਹੂ ਕੈਨ ਟੇਕ ਇਨੀਸ਼ੀਏਟਿਵ, ਹੂ ਕੈਨ ਟੇਕ ਟੂ ਦ ਨੈਕਸਟ ਲੈਵਲ, ਤਾਂ ਕਿ ਆਪਾਂ ਇਹਨਾਂ ਨੂੰ ਇੱਕ ਇਕੱਲਾ ਇਹ ਇੱਕ 30 ਦਿਨਾਂ ਦਾ ਟ੍ਰਿਪ ਨਾ ਬਣਾ ਦਈਏ, ਲੈਟ ਸਟਾਰਟ ਇਟ ਲਾਈਕ ਏ ਇੰਟਰਨੈਸ਼ਨਲ ਮਿਸ਼ਨ, ਕਿ ਆਪਾਂ ਇਹਨਾਂ ਨੂੰ ਹਰੇਕ 6 ਮਹੀਨੇ ਬਾਅਦ, ਸਾਲ ਬਾਅਦ। ਮੇਨ ਚੀਜ਼ ਹੈਗੀ ਆ ਕਿ ਆਪਾਂ ਬੱਚਿਆਂ 'ਚ ਅਵੇਅਰਨੈਸ ਪੈਦਾ ਕਰੀਏ ਕਿ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਸੀਗੇ ਪਾਕਿਸਤਾਨ 'ਚ ਵੀ ਸੀਗੇ, ਔਰ ਉਹ ਮੱਚ ਬੈਟਰ ਹਾਲਤ 'ਚ ਵਿੱਚ ਹੈਗੇ ਪਾਕਿਸਤਾਨ ਐਜ਼ ਕੰਪੇਅਰ ਟੂ ਇੰਡੀਆ, ਜੋ ਮੇਰੀ ਪਰਸਨਲ ਰਿਸਰਚ ਵੀ ਦੱਸਦੀ ਹੈ। ਤੁਹਾਨੂੰ ਕਿਸੇ ਨੇ ਕਾਲ ਕਰਨੀ ਹੋਵੇ ਕਿਹੜਾ ਨੰਬਰ ਆ ਜਾਂ ਈਮੇਲ ਐਡਰੈਸ? ਜੀ ਹਾਂ, ਮੈਨੂੰ ਕਦੇ ਵੀ pannudds@pannudental.com ਤੇ ਕੋਈ ਈਮੇਲ ਕਰ ਸਕਦਾ, ਦੈਟ ਇਜ਼ ਮਾਈ ਪਰਸਨਲ ਈਮੇਲ ਐਡਰੈਸ pannudds@pannudental.com। ਕਦੀ ਵੀ ਈਮੇਲ ਕਰਕੇ ਜੇ ਤੁਸੀਂ ਸ਼ਾਹਿਦ ਸ਼ਬੀਰ ਜੀ ਨਾਲ, ਇੱਥੇ ਕੋਈ ਵੀ ਪ੍ਰੋਗਰਾਮ ਹਾਲੇ ਇੱਥੇ ਅਬਾਊਟ 10 ਦਿਨ ਹੋਰ ਹੈਗੇ ਆ, ਕਿਸੇ ਵੀ ਗੁਰੂ ਘਰ ਜਾਂ ਕਿਤੇ ਕੋਈ ਈਵੈਂਟ ਕਰਾਉਣਾ ਚਾਹੁੰਦੇ ਹੋ, ਯੂ ਕੈਨ ਕੰਟੈਕਟ ਮੀ ਐਨੀ ਟਾਈਮ। ਥੈਂਕ ਯੂ ਡਾਕਟਰ ਪੰਨੂ। ਸੋ ਸ਼ਾਹਿਦ ਸਾਹਿਬ, ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਪੰਜਾਬੀ ਨੇ ਬੇਸ਼ੱਕ ਉਹ ਅੱਜ ਦੁਨੀਆ 'ਚ ਖਿਲ ਰਹੇ ਹੋਏ ਨੇ, ਪਰ ਆਪਾਂ ਉਹਨਾਂ ਨੂੰ ਉਹਨਾਂ ਦੇ ਹੈਰੀਟੇਜ ਦੇ ਥਰੂ ਸਾਂਝੀ ਹਿਸਟਰੀ, ਸਾਡੀ ਹਜ਼ਾਰਾਂ ਸਾਲ ਪੁਰਾਣੀ ਹਿਸਟਰੀ ਆ, ਉੱਥੇ ਨਕਸ਼ੇ ਤਾਂ ਬਦਲਦੇ ਰਹੇ ਨੇ, ਲੋਕਾਂ ਦੇ ਮਜ਼ਹਬ ਵੀ ਬਦਲਦੇ ਰਹੇ ਨੇ, ਪਰ ਇੱਕ ਸਾਡਾ ਕਈ ਹਜ਼ਾਰ ਸਾਲ ਪੁਰਾਣਾ ਸਾਂਝਾ ਇਤਿਹਾਸ, ਇੱਕ ਸਾਂਝੀ ਮਾਲਤਾ ਦੀ ਸਾਡੀ ਹਿਸਟਰੀ ਆ। ਸੋ ਇਹ ਤੁਸੀਂ ਕਿੱਦਾਂ ਮਹਿਸੂਸ ਕਰਦੇ ਕਿ ਆਪਾਂ ਪੰਜਾਬੀਆਂ ਨੂੰ ਜੋੜ ਸਕਦੇ ਹਾਂ ਸਾਰਿਆਂ ਨੂੰ? ਦੇਖੋ ਜੀ, ਪੰਜਾਬੀ ਸਿਰਫ ਮਾਂ ਬੋਲੀ ਹੀ ਐਸੀ ਚੀਜ਼ ਹੈ ਵੇ ਬਾਕੀ ਕਿ ਜਿਹਦੇ ਨਾਲ ਅਸੀਂ ਪੰਜਾਬੀਆਂ ਨੇ ਇੱਕ ਦੂਜੇ ਨੂੰ ਅਸੀਂ ਜੋੜ ਸਕਦੇ ਹਾਂ, ਔਰ ਪਿਆਰ ਮੁਹੱਬਤ ਦਾ ਮਿਸ਼ਨ ਜਿਹੜਾ ਕਿ ਮੈਂ ਲੈ ਕੇ ਇੱਥੇ ਆਇਆ ਵਾਂ, ਪਿਆਰ ਲੈ ਕੇ ਆਇਆ ਵਾਂ, ਪਿਆਰ ਵੰਡਣ ਲਈ ਆਇਆ ਵਾਂ, ਕਿਉਂਕਿ ਮੈਂ ਕਹਾਂਗਾ ਕਿ ਇਸ ਮਾਹੌਲ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਜਿਹੜੀ ਹੈ ਸੂਫੀਜ਼ਮ, ਜਿਹੜਾ ਕਿ ਪਹਿਲੇ ਬਾਬਾ ਫਰੀਦ ਜੀ, ਬਾਬਾ ਨਾਨਕ ਜੀ, ਵਾਰਿਸ ਸ਼ਾਹ, ਬੁੱਲੇ ਸ਼ਾਹ ਔਰ ਸਾਈਂ ਮੀਆਂ ਮੀਰ, ਉਹਨਾਂ ਦਾ ਹੀ ਪਿਆਰ ਜਿਹੜਾ ਸੀ। ਦੇਖੋ ਤੁਸੀਂ ਸੂਫੀਜ਼ਮ ਕਿਸ ਤਰ੍ਹਾਂ ਲੋਕਾਂ ਨੂੰ ਜੁਆਇਨ ਕੀਤਾ ਹੋਇਆ ਸੀ, ਲੋਕਾਂ 'ਚ ਕਿਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਆਪਸ ਦੇ ਵਿੱਚ ਪਿਆਰ ਕਿੰਨਾ ਹੁੰਦਾ ਸੀ, ਕੋਈ ਕਿਸੇ ਤੋਂ ਨਫ਼ਰਤ ਨਹੀਂ ਸੀ ਕਰਦਾ। ਮੈਂ ਅੱਜ ਵੀ ਚਾਹੁੰਦਾ ਵਾਂ ਕਿ ਮੇਰੀ ਧਰਤੀ ਦੇ ਉੱਤੇ, ਪੰਜਾਬ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਵਿੱਚ ਉਹੀ ਚੀਜ਼ ਹੋਣੀ ਚਾਹੀਦੀ ਹੈ, ਨਾ ਕਿ ਉਹ ਇੱਕ ਦੂਜੇ ਤੋਂ ਇਹ ਕਹਿਣ ਕਿ ਵੀ ਫਲਾਣੇ ਦਾ ਮਜ਼ਹਬ ਕੀ ਹੈ। ਇਨਸਾਨ ਨੂੰ ਇਨਸਾਨ ਦੀ ਨਜ਼ਰ ਨਾਲ ਦੇਖੋ, ਪੰਜਾਬੀਆਂ ਨੂੰ ਪੰਜਾਬੀਆਂ ਦੀ ਨਜ਼ਰ ਨਾਲ ਦੇਖੋ, ਉਹਨਾਂ ਨੂੰ ਧਰਮਾਂ ਦੇ ਵਿੱਚ ਮਤ ਤੋਲੋ। ਧਰਮ ਇਨਸਾਨ ਦੀ ਲਈ ਬਣਾਏ ਗਏ ਸਨ ਕਿ
ਤੁਹਾਡੇ ਲਾਏ ਹੋਏ ਦਰਖਤ, ਤੁਹਾਡੇ ਲਾਈਆਂ ਬਣਾਈਆਂ ਹੋਈਆਂ ਪਾਣੀ ਦੀਆਂ ਬੰਨਾਂ ਔਰ ਲਵਾਏ ਹੋਏ ਖੂਹ ਦੇਖ ਦੇਖ ਕੇ ਮੈਂ ਅੱਜ ਇੰਨਾ ਪ੍ਰਭਾਵਿਤ ਹਾਂ ਕਿ ਮੈਂ ਉਹਦੇ 'ਤੇ ਰਿਸਰਚ ਕਰਨ ਤੁਰ ਪਿਆ ਵਾਂ ਕਿ ਕੌਣ ਲੋਕ ਸਨ, ਕਿੱਡੇ ਮਹਾਨ ਲੋਕ ਸਨ ਉਹ ਕਿ ਜਿਨ੍ਹਾਂ ਨੇ ਇੰਨਾ ਕੁਛ ਕੀਤਾ। ਅੱਜ ਢਾਈ ਢਾਈ ਸੌ ਤਿੰਨ ਸੌ ਸਾਲ ਹੋ ਗਏ ਨੇ ਉਹ ਪੁਰਾਣੇ ਦਰਖਤ ਨੇ, ਜਦੋਂ ਉਹਨਾਂ ਥੱਲੇ ਲੋਕ ਬੈਠਦੇ ਨੇ ਅਤੇ ਉੱਥੇ ਬੜੇ ਖੁਸ਼ ਹੋ ਕੇ ਕਹਿੰਦੇ ਨੇ ਬਈ ਇਹ, ਮੈਂ ਕਿਹਾ ਪੁੱਛਿਆ ਜੀ ਬੋਰਡ ਕਿੰਨਾ ਨੇ ਲਾਏ ਨੇ, ਕਹਿੰਦੇ ਬਾਬਾ ਬੋਰਡ ਜਿਹੜੇ ਨੇ ਇਹ ਸਿੱਖਾਂ ਦੇ ਹੱਥਾਂ ਦੇ ਲੱਗੇ ਨੇ, ਇਹ ਪਾਣੀ ਦੀ ਬੰਨ ਹੈ, ਇਹ ਸਿੱਖਾਂ ਨੇ ਬਣਾਈ ਹੈ ਜੀ। ਇਹ ਆਮ ਕੋਮਨ ਤੁਸੀਂ ਨੌਰਥ ਵੈਸਟ ਪੰਜਾਬ 'ਚ ਚਲੇ ਜਾਓ ਅਤੇ ਤੁਹਾਨੂੰ ਉੱਥੇ ਇਹੀ ਵਰਡਿੰਗ ਮਿਲੇਗੀ। ਸ਼ਾਹਿਦ ਸਾਹਿਬ ਤੁਹਾਡਾ ਬਹੁਤ ਸੋਹਣੀਆਂ ਗੱਲਾਂ ਕਰਨ ਲਈ ਬਹੁਤ ਬਹੁਤ ਧੰਨਵਾਦ। ਅਸੀਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਵੀ ਸ਼ਾਹਿਦ ਸਾਹਿਬ ਪਾਕਿਸਤਾਨ ਤੋਂ ਆਏ ਨੇ ਅਤੇ ਉੱਥੇ ਪੰਜਾਬੀ ਜਾਂ ਸਿੱਖ ਹੈਰੀਟੇਜ ਜੋ ਜਾਂ ਈਵਨ ਕਿ ਹਿੰਦੂ ਕਮਿਊਨਿਟੀ ਨਾਲ ਸੰਬੰਧਿਤ ਹੈਰੀਟੇਜ ਆ ਉਹਨੂੰ ਇਹ ਸਾਂਭਣ ਸੰਭਾਲ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ। ਅਤੇ ਜੇ ਤੁਸੀਂ ਕਿਸੇ ਨੇ ਵੀ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਕਰਾਉਣਾ, ਤੁਸੀਂ ਇਹਨਾਂ ਦੀ ਫੇਸਬੁੱਕ 'ਤੇ ਜਾਂ ਡਾਕਟਰ ਦਲਵੀਰ ਪੰਨੂ ਨੂੰ ਕੰਟੈਕਟ ਕਰਕੇ ਇਹਨਾਂ ਨੂੰ ਬੁਲਾ ਸਕਦੇ ਹੋ। ਫਾਈਨਲ ਥੋਟ ਸੀ, ਕੋਈ ਇੱਦਾਂ ਦਾ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਜਿਹੜੀ ਗੱਲ ਮੈਂ ਤੁਹਾਨੂੰ ਨਾ ਪੁੱਛੀ ਹੋਵੇ? ਆਪਣੇ ਕੋਲ ਸਿਰਫ ਇੱਕ ਮਿੰਟ ਰਹਿ ਗਿਆ। ਵੀਰ ਜੀ, ਮੈਂ ਕਹਾਂਗਾ ਕਿ ਫਿਰ ਉਹੀ ਪਿਆਰ ਦੀਆਂ ਪੀਂਘਾਂ ਚਾੜੋ, ਨਫ਼ਰਤ ਨੂੰ ਮਿਟਾਓ, ਨਫ਼ਰਤ ਘਟਾਓ, ਪਿਆਰ ਵਧਾਓ ਜਿੰਨਾ ਵੀ ਵਧਾ ਸਕਦੇ ਹੋ। ਪਿਆਰ ਹੀ ਇੱਕ ਐਸਾ ਚੀਜ਼ ਹੈ ਕਿ ਜਿਹੜਾ ਹਰ ਸ਼ੈ ਨੂੰ ਇਕੱਠੀ ਕਰ ਦਿੰਦਾ। ਨਫ਼ਰਤ ਨਾਲ ਇੰਨੀਆਂ ਦਰਾੜਾਂ ਪੈਂਦੀਆਂ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਦਰਿਆਵਾਂ ਤੋਂ ਵੀ ਵੱਡੀਆਂ ਹੁੰਦੀਆਂ ਨੇ, ਜਿਹੜੀਆਂ ਪਾਰ ਕਰਨੀਆਂ ਔਖੀਆਂ ਹੁੰਦੀਆਂ ਨੇ। ਪਲੀਜ਼ ਪਿਆਰ ਕਰੋ, ਪਿਆਰ ਵੰਡੋ ਔਰ ਪਿਆਰ ਨੂੰ ਹੀ ਵਧਾਓ। ਇਹੀ ਸੀ ਤਮਾਮ ਸੂਫੀਜ਼ਮ ਦਾ, ਮੈਂ ਉਹੀ ਮੈਸੇਜ ਨੂੰ ਲੈ ਕੇ ਪਾਕਿਸਤਾਨ ਤੋਂ ਇੱਥੇ ਆਇਆ ਹਾਂ। ਬਹੁਤ ਸ਼ੁਕਰੀਆ। ਚਲੋ ਜੀ, ਅਸੀਂ ਇਹੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਮਿਸ਼ਨ ਨੂੰ ਰੱਬ ਕਾਮਯਾਬ ਕਰੇ। ਮੇਰੇ ਵੱਲੋਂ ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਪਲੀਜ਼ ਤੁਸੀਂ ਇਹ ਪ੍ਰੋਗਰਾਮ ਆਪਣੇ ਹੋਰ ਮਿੱਤਰਾਂ ਦੋਸਤਾਂ ਨਾਲ ਵੀ ਸ਼ੇਅਰ ਕਰੋ। ਸ਼ਾਹਿਦ ਸਾਹਿਬ ਇੱਕ ਵਾਰੀ ਫਿਰ ਯੂਬਾ ਸਿਟੀ ਆਉਣ ਲਈ ਤਹਿ ਦਿਲੋਂ ਧੰਨਵਾਦ। ਸਰ ਡਾਕਟਰ ਪੰਨੂ ਤੁਹਾਡਾ ਇਹਨਾਂ ਨੂੰ ਇੱਥੇ ਲਿਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ।